ਧਰਤੀ ਤੇ ਸਟਾਰਟ ਪਹਿਲਾ ਟੂਰਨਾਮੈਂਟ ਜੋ ਕਿ ਪਹਿਲਾ ਰੇਟ ਸਾਡੇ ਪੱਪੂ ਭਾਜੀ ਪਾਉਣ ਰਹੇ ਜਾ ਰਹੇ ਨੇ ਪੱਪੂ ਭਾਜੀ ਪਹਿਲੀ ਰੇਟ ਜਨਮ ਦੀ ਧਰਤੀ ਦੇ ਪੱਪੂ ਭਾਈ ਦੁਆਰਾ ਪੈ ਰਹੀ ਹੈ ਪੱਪੂ ਭਾਜੀ ਪਹਿਲੀ ਰੇਟ ਮੱਥਾ ਟੇਕ ਕੇ ਧਰਤੀ ਮਾਂ ਨੂੰ ਪਹਿਲਾ ਪਾਉਂਦਾ ਹੋਇਆ ਨੌਜਵਾਨ ਪੱਪੂ ਭਾਜੀ ਉਹ ਸਾਨੂੰ ਬੰਦੇ ਖੜਦਾ ਤੁਸੀਂ ਕਹਿੰਦੇ ਪੱਪੂ ਭਾਜੀ ਪਹਿਲਾ ਪਾਉਂਦਾ ਹੋਇਆ ਨੌਜਵਾਨ ਪੱਪੂ ਭਾਜੀ ਬਹੁਤ ਹੀ ਫਰਤੀਲੇ ਨੌਜਵਾਨ ਮੁੰਗਲੀਆਂ ਅਰਗੇ ਪੱਟ ਹਿਰਨ ਵਰਗੀ ਚਾਲ ਔਰ ਪੈ ਗਿਆ ਪੰਗਾ ਦੋਨਾਂ ਦੇ ਵਿਚਕਾਰ ਔਰ ਫੌਲ ਇਹ ਤੋਂ ਤੇਜੀ ਭਾਈ ਇੰਗਲੈਂਡ ਕੁੱਦਮਾ ਸਰੀਰ ਜਾਂਦੇ ਹੀ ਛੋਟੂ ਤੇ ਹਮਲਾ ਛੋਟੂ ਮੋਰੇ ਮੋਰੇ ਭੱਜਦਾ ਹੋਇਆ ਪਾਉਣ ਦੀ ਕੋਸ਼ਿਸ਼ ਨੀ ਔਰ ਇਹ ਨੰਬਰ ਇੰਗਲੈਂਡ ਦੇ ਖਾਤੇ ਚ ਅਗਲਾ ਰੇਟ ਪਾਉਂਦੇ ਹੋਏ ਸਾਡੇ ਹਰਿਆਣੇ ਦਾ ਮੁੰਡਾ ਜਰਮਨ ਤੋਂ ਟੀਮ ਜਰਮਨ ਪਹਿਲਾਂ ਪਾਉਂਦਾ ਹੋਇਆ ਨੌਜਵਾਨ ਗੋਲਡੀ ਬਹੁਤ ਹੀ ਵਧੀਆ ਫਸੀਲਾ ਮੁੰਡਾ ਗੋਦਵੇ ਸਰੀਰ ਔਰ ਮੋਟੀ ਨੇ ਮੋਰੇ ਪੈ ਗਿਆ ਪੰਗਾ ਮੋਟੀ ਦੇ ਗੋਲਡੀ ਦੇ ਵਿਚਕਾਰ ਔਰ ਲੱਗ ਗਿਆ ਜਿੰਦਾ ਗਿੱਟਾ ਫੜ ਲਿਆ ਖਿੱਚ ਕੇ ਖਾਂਦਾ ਹੋਇਆ ਨੌਜਵਾਨ ਔਰ ਸਿੱਧਾ ਹੀ ਜਰਮਨ ਦੇ ਖਾਤੇ ਚ ਅਗਲਾ ਰੇਟ ਆ ਰਿਹਾ ਏ ਇੰਗਲੈਂਡ ਤੋਂ ਮੋਟੀ ਭਾਜੀ ਅਗਲਾ ਰੇਟ ਲੈ ਕੇ ਆ ਰਹੇ ਨੇ ਅਗਲਾ ਰੇਟ ਮੋਟੀ ਬਹੁਤ ਹੀ ਛੈ ਹਿਰਨ ਵਰਗੀ ਚਾਲ ਹੱਥ ਮਾਰ ਕੇ ਪੱਟਾਂ ਦੇ ਪੈਂਦੀ ਰੇਟ ਨੀ ਫੜ ਕੇ ਦੇਖ ਮੁੰਡੇ ਆ ਰਹੇ ਮੋਟੀ ਛੋਟੂ ਅਗਲਾ ਰੇਟ ਲੈ ਕੇ ਛੋਟੂ ਬਹੁਤ ਹੀ ਫਤੀਲਾ ਜੋਰ ਲਾਉਂਦਾ ਉਹਦਾ ਹੱਥ ਮਾਰਿਆ ਕਰ ਤੂੰ ਉਹਨੂੰ ਉੱਪਰ ਲੈ ਮੋਇਆ ਪੂਰਾ ਜੋਰ ਲਾਤਾ ਯਾਰ ਤਿੰਨ ਦੋ ਦਾ ਫਰਕ ਜਰਮਨ ਦੋ ਸਾਈਕਲ ਚੋਟੀ ਵੜ ਗਈ ਥੋੜਾ ਜਿਹਾ ਚੋਟ ਲੱਗੀ ਆ ਅਗਲਾ ਰੇਟ ਲੈ ਕੇ ਆਉਂਦਾ ਸਾਡੇ ਇੰਗਲੈਂਡ ਦੀ ਟੀਮ ਦੇ ਤੇਜੀ ਭਾਜੀ ਗੋਦਮਾ ਤਿੰਨ ਦੋ ਜਰਮਨ ਦੋ ਇੰਗਲੈਂਡ ਤਿੰਨ ਇੱਕ ਫੜਾ ਇੱਕ ਮੋਟੀ ਦੋ ਕੋਈ ਗੱਲ ਨੀ ਰੋਕੀ ਤੇ ਦੂਜੀ ਵੀ ਮੈਂ ਲੈ ਕੇ ਆਇਆ ਉਹਨੂੰ ਇੰਗਲੈਂਡ ਤੋਂ ਤੇਜੀ ਭਾਜੀ ਇੰਗਲੈਂਡ ਦੇ ਖਾਤੇ ਚ ਚਾਰ ਦੋ ਜਰਮਨ ਦੋ ਇੰਗਲੈਂਡ ਚਾਰ ਅਗਲਾ ਰੇਟ ਸਾਡੇ ਹਰਿਆਣੇ ਤੋਂ ਜਰਮਨ ਤੇ ਅਗਲਾ ਰੇਟ ਸਾਡੇ ਮੋਟੀ ਭਾਜੀ ਇੰਗਲੈਂਡ ਬਹੁਤ ਹੀ ਫਰਤੀਲਾ ਭੰਗੜੇ ਪਾਉਂਦਾ ਹੋਇਆ ਹਿਰਨ ਵਰਗੀ ਚਾਲ ਕਲੈਰੀ ਮੋੜ ਬਹੁਤ ਹੀ ਵਧੀਆ ਚਾਰ ਬਰਾਬਰ ਇੰਗਲੈਂਡ ਚਾਰ ਜਰਮਨ ਚਾਰ ਪਾਈ ਰੁਕ ਲਾ ਬਹੁਤ ਹੀ ਫਤੀਲਾ ਪਲੇਅਰ ਬਹੁਤ ਹੀ ਫਤੀਲਾ ਮੋਟੀ ਮੋਟੀ
ਸ਼ਿਕਾਰ ਬਹੁਤ ਹੀ ਵਧੀਆ ਔਰ ਆਏ ਨੰਬਰ ਜਰਮਨ ਦੇ ਖਾਤੇ 5-4 ਜਰਮਨ ਐਂਡ ਦਾ ਨਹੀਂ ਥੋੜੇ ਕਰੋ 7 ਨੰਬਰ ਅਗਲਾ ਰੇਟ 5-4 ਤੇਜੀ 5-4 ਤੇਜੀ ਬੁੱਧਵਾ ਸ਼ਰੀਰ ਫਿਰ ਤੋਂ ਪਹਿਲਾਂ ਪਾਉਂਦਾ ਹੈ ਝੁੱਕ ਕੇ ਬਹੁਤ ਹੀ ਵਧੀਆ ਪਲੇਅਰ ਆ ਸਾਡੇ ਨੌਜਵਾਨ ਗੱਭਰੂ ਨੌਜਵਾਨ ਗੱਭਰੂ ਪੱਪੂ ਭਾਜੀ ਰੋਕ ਲਾ ਭਾਜੀ ਅਗਲਾ ਰੇਟ ਸਾਡੇ ਨੌਜਵਾਨ ਪਲੇਅਰ ਪੱਪੂ ਭਾਜੀ ਪੱਪੂ ਭਾਜੀ ਬਹੁਤ ਹੀ ਫਰਤੀਲੇ ਪਲੇਅਰ ਕੁੰਡੀਆਂ ਦੇ ਸਿੰਘ ਫਸ ਗਏ ਪੱਪੂ ਤੇਜੀ ਭਾਜੀ ਅਗਲੀ ਰੇਟ ਲੈ ਕੇ ਆਉਂਦੇ ਹੋਏ ਇਕੱਠੇ ਹੋ ਜਾਓ ਸਾਡੇ ਤੇਜੀ ਭਾਜੀ ਫਿਰ ਤੋਂ ਰੇਟ ਲੈ ਕੇ ਆਉਂਦੇ ਹੋਏ ਤੇਜੀ ਤੇ 100 ਐਰੋ ਲੱਗਾ ਆ ਚੱਕਣਗੇ ਲੱਗ ਗਿਆ 100 ਐਰੋ ਕਾਫੀ ਤਕੜੇ ਪਲੇਅਰ ਤੇਜੀ ਸਾਡੇ ਪੱਪੂ ਭਾਈ ਤੇ 500 ਐਰੋ ਲੱਗੇ ਆ ਪੇ ਜਿਹੜਾ ਅੱਠ ਅਗਲਾ ਰੇਟ ਰਹਿਣ ਦਾ ਮੁੰਡਾ ਪਹਿਲਾਂ ਪਾਉਂਦਾ ਹੋਇਆ ਚਿੱਟੇ ਕੱਛੇ ਵਿੱਚ ਬਹੁਤ ਹੀ ਮੋਟੀ ਫਤੀਲਾ ਚੈਨ ਚਲਾਤੀ ਆ 6-6 ਬਰਾਬਰ ਥੋੜਾ ਟਾਈਮ ਰਹਿ ਗਿਆ ਜਰਮਨ ਮੋਂਟੀ ਦੀ ਸਟਾਪ ਲਾਉਣੀ ਬਹੁਤ ਜ਼ਰੂਰੀ ਇਸ ਸਟਾਪ ਦੇ ਉੱਤੇ 400 ਐਰੋ ਲੱਗ ਗਏ ਆ 400 ਐਰੋ ਔਰ ਪੱਪੂ ਭਾਜੀ ਬਹੁਤ ਹੀ ਪ੍ਰਦਰਸ਼ਨ ਭਰ ਗਿਆ ਜਰਮਨ ਦੀ ਟੀਮ ਜੇਤੂ ਇਹਦੇ ਵਿੱਚ ਸਾਡੇ ਜਰਮਨ ਦੇ ਪਲੇਅਰ ਜੋ ਕਿ ਮਹਿਸੂਸ ਥੋੜੇ ਚਿਹਰੇ ਸਾਡੇ ਪੱਪੂ ਭਾਜੀ ਜੋ ਕਿ ਇਸ ਟੀਮ ਦੇ ਬੈਸਟ ਜਾਫੀ ਚੁਣੇ ਗਏ ਆ ਇਹਨਾਂ ਨੂੰ ਟਰੈਕਟਰ ਦਿੱਤਾ ਜਾਂਦਾ ਆ ਉਹ ਇੰਡੀਆ ਜਾ ਕੇ ਦਿੱਤਾ ਜਾਊਗਾ ਕਿਉਂਕਿ ਬਹੁਤ ਵਧੀਆ ਜਾਫੀ ਆ ਬੈਸਟ ਰੇਡਰ ਸਾਡੇ ਮੁਕੋਡੀ ਭਾਜੀ ਬਹੁਤ ਹੀ ਵਧੀਆ ਰੇਟ ਪਾਏ ਆ ਤੇ ਸਾਡੇ ਇੱਥੋਂ ਟੀਮ ਦੇ ਵਿੱਚੋਂ ਦੌੜਨ ਵਾਲੇ ਜ਼ਿਆਦਾਤਰ ਹੱਥੇ ਨਹੀਂ ਆਉਂਦੇ ਕਿਸੇ ਦੇ ਇਹਨਾਂ ਨੂੰ ਇਹ ਨਾਮ ਦਿੱਤਾ ਜਾਂਦਾ ਆ ਛੋਟੂ ਭਾਜੀ ਸਾਰੀ ਟੀਮ ਆ ਕੇ ਇਕੱਠੀ ਹੋ ਜਾਵੇ ਇੱਥੇ ਦੂਜੀ ਟੀਮ ਦੀ ਮੁਲਾਕਾਤ ਕਰਾਉਂਦੇ ਹਾਰ ਕੇ ਕੀ ਮਹਿਸੂਸ ਹੁੰਦਾ ਦੂਜੀ ਟੀਮ ਨੂੰ ਹੋਰ ਇੱਕ ਕੈਪਟਨ ਸਾਡਾ ਕੈਪਟਨ ਕਾਫੀ ਇੱਧਰ ਜਾਏ ਜਿੱਦਾਂ ਤੁਹਾਨੂੰ ਲੱਗ ਰਿਹਾ ਏ ਹਾਰ ਗਿਆ ਕੋਈ ਗੱਲ ਨਹੀਂ ਤੁਹਾਨੂੰ ਸੈਕਿੰਡ ਤੋਂ ਹੀ ਆਇਆ ਸਾਡੇ ਹੋਰ ਮੋਂਟੀ ਭਾਜੀ ਬਹੁਤ ਜ਼ੋਰ ਲਾਇਆ ਜੋ ਕਿ ਚੋਟ ਲੱਗੀ ਨਾ ਜ਼ਖਮ ਹੋਏ ਆ ਥੁੱਕ ਲਗਾ ਦੇ ਉੱਤੇ ਕੋਈ ਗੱਲ ਨਹੀਂ ਬਹੁਤ ਵਧੀਆ ਤੇਜੀ ਭਾਜੀ ਗਰੁੱਪ ਫੋਟੋ ਹੋ ਜਾਵੇ ਕੋਈ ਗੱਲ ਨਹੀਂ ਆਪਾਂ ਅਗਲੀ ਵਾਰੀ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹੋ ਜਿਹੀ ਗੱਲ ਆਓ ਸਾਰੇ ਫੋਟੋ ਖਿਚਾਈ ਜਾਵੇ ਮੁਲਾਕਾਤ ਹੋ ਜਾਵੇ ਦੂਜੀ ਬਗਾਨੀ ਟੀਮ ਨਾਲ ਮੁਲਾਕਾਤ ਹੋ ਜਾਵੇ ਫੋਟੋ ਆ ਜਾਓ ਤੇਜੀ ਭਾਜੀ ਤੇਜੀ ਭਾਜੀ ਵਧੀਆ ਰੇਟ ਪਾਏ ਇਹਨਾਂ ਨੇ ਵੀ ਇੰਗਲੈਂਡ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਰੇਡਰ ਮੰਨੇ ਗਏ ਆ ਇਹਨਾਂ ਨੂੰ ਇੱਕ ਸਕੂਟਰੀ ਦਿੱਤੀ ਜਾਂਦੀ ਆ ਖੋਤਾ ਦਿੱਤਾ ਜਾਂਦਾ ਓਕੇ ਸਾਰੇ ਟੀਮ ਨੂੰ ਇੱਕ ਵਾਰੀ ਕਰ ਦੋ ਵਿਨਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਸਾਡੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਹਰੀ ਔਰ ਜਿੱਤੀ ਨੂੰ ਇੱਕ ਵਾਰੀ ਹੱਥ ਲਾ ਕੇ ਆਂਡਲੀ ਬਾਤ ਓਕੇ ਬਾਏ ਚਲੋ ਸਟਾਪ ਕਰ ਦੋ ਬੰਦਾ ਹੋ ਗਿਆ ਤੁਹਾਨੂੰ